जी सब तो पहला आप फतेह दी अर्ज पाइए वाहेगुरु जी का खालसा श्री वाहेगुरु जी की फतेह। बड़ी वड्डी जिम्मेवारी मिलन तो बाद परमात्मा दा दरबार साहब दे विच आशीर्वाद लैणा है इत्थे ते बहुत जरूरी है। इत्थे साडी दुनिया भर दे विचों जिहड़ी सिख संगत है वख-वख समुदायां दे लोक आउंदे ने ते साडी पवित्र धरती है अमृतसर दी। एंड दूसरे नंबर उत्ते मेरे कोल जिहड़ी जिम्मेवारी है जी टूरिज्म दी जिम्मेवारी है ते अमृतसर साहब साडी ऐसी धरती है जिथे पंजाब च सब तो ज़्यादा फुटफॉल होंदा जिथे दुनिया भर के वखो वख तरह के लोग ने जिहड़े अलग अलग धर्मां के लोग भी है जिहड़े हरिमंदर साहब के दर्शन करन आउंदे ने। हैरीटेज स्ट्रीट हैरीटेज साडी स्ट्रीट है होर वख वख जिहड़ियां इत्थे जगावां बणियां होईयां अमृतसर दे विच उन्हां सारियां दा मुआयना करना है देखना है जिथे कमियां ने किस तरीके असीं जिहड़ा अमृतसर शहर नूं होर टूरिज़म के खेत्र के प्रफुल्लित कर सकते हैं किस तरीके इहदी जिहड़ी टूरिज़म दे विच होर ज़्यादा जिहड़ी दुनिया भर दे विच महत्ता आस पास दे एरिए नूं डिवेलप करके ताकि लोग इत्थे ठहरन लोग जदों हरिमंदर साहब दे दर्शन करन आउण तां दो तीन दिन इत्थे ला के जाण ताकि इस चीज़ दे नाल है जिहड़ा ਹੋਰ ਸਾਰਾ ਕੁਝ ਵਧੀਆ ਤਰੀਕੇ ਨਾਲ ਡਿਵੈਲਪ ਹੋ ਸਕੇ। ਮੈਮ ਹੈਰੀਟੇਜ ਸਟਰੀਟ ਤੇ ਨਾ ਇਨਕਰੋਚਮੈਂਟ ਦਾ ਕਾਫੀ ਰੌਲਾ ਹੈਗਾ ਤੁਸੀਂ ਲੰਘ ਕੇ ਆਏ ਹੋਣੇ ਆ ਨਜਾਇਜ਼ ਕਬਜ਼ੇ ਬਹੁਤ ਕੀਤੇ ਹੋਏ ਨੇ ਦੁਕਾਨਦਾਰਾਂ ਨੇ ਬਹੁਤ ਕੀਤੇ ਨੇ ਜਿੱਥੋਂ ਸੰਗਤ ਨੇ ਲੰਘਣਾ ਹੁੰਦਾ ਬਹੁਤ ਦਿੱਕਤ ਆਉਂਦੀ ਹੈ ਇਸ ਤੇ ਵੀ ਸਭ ਤੋਂ ਡਾਕੀ ਕਰਨਾ। ਦੇਖੋ ਜਿੰਨੀਆਂ ਵੀ ਹੁਣ ਸਾਰੀਆਂ ਹਰ ਇੱਕ ਚੀਜ਼ ਦਾ ਮੁਆਇਨਾ ਕਰਦੇ ਆ ਜਿੱਥੇ ਕਿਤੇ ਕੋਈ ਕਮੀ ਹੈ ਜਾਂ ਕੋਈ ਇਸ ਤਰੀਕੇ ਦਾ ਜਿਵੇਂ ਤੁਸੀਂ ਦੱਸਿਆ ਵੀ ਕੋਈ ਕਬਜ਼ਿਆਂ ਅਧੀਨ ਆ ਉਸ ਚੀਜ਼ ਉੱਤੇ ਜਿਹੜਾ ਐਕਸ਼ਨ ਲਵਾਂਗੇ। ਹਰ ਇੱਕ ਚੀਜ਼ ਨੂੰ ਪ੍ਰੋਪਰ ਮੈਂ ਦੇਖਦੀ ਆ ਰਹੀ ਸੀ ਜਿੱਥੇ ਜਿੱਥੇ ਕਮੀ ਲੱਗ ਰਹੀ ਹੈ ਕੋਈ ਮੇਨਟੇਨ ਦੀ ਕਮੀ ਆ ਜਾਂ ਕੋਈ ਹੋਰ ਤਰੀਕੇ ਦਾ ਉਹ ਸਾਰਾ ਕੁਝ ਹਰ ਇੱਕ ਚੀਜ਼ ਨੂੰ ਬਿਹਤਰੀਨ ਕਰਾਂਗੇ। ਮੈਡਮ ਵਿਰਾਸਤ ਨਾਲ ਤੁਸੀਂ ਗੱਲ ਕੀਤੀ ਹੈ ਕੱਲ੍ਹ ਇੱਥੇ ਮੰਗ ਪੱਤਰ ਸਿਮਰਨਜੀਤ ਸਿੰਘ ਮਾਨ ਨਾਲ ਦਿੱਤਾ ਗਿਆ ਕਿ ਭਗਵੰਤ ਸਿੰਘ ਭਗਤ ਸਿੰਘ ਦੀ ਤਸਵੀਰ ਉਤਾਰੀ ਜਾਏ ਇੱਥੋਂ ਦੀ ਕਿਉਂਕਿ ਭਗਤ ਸਿੰਘ ਇੱਕ ਨਾਸਤਿਕ ਸੀਗਾ। ਨਹੀਂ ਜੀ ਇਹ ਇਹ ਇੱਕ ਉਹਨਾਂ ਦੀ ਸੋਚ ਆ ਸਾਡੇ ਵਜੋਂ ਨਹੀਂ ਸੀ। ਅਸੀਂ ਤਾਂ ਮਾਣਨਾ ਹਮੇਸ਼ਾ ਹੀ ਕਹਿੰਦੇ ਹਾਂ ਕਿ ਭਗਤ ਸਿੰਘ ਸਾਡਾ ਆਦਰਸ਼ ਸੀਗੇ ਵੱਡੇ ਵੀਰ ਸੀਗੇ ਜਿਨ੍ਹਾਂ ਨੇ ਆਜ਼ਾਦੀ ਦੀ ਖਾਤਰ ਲੜਿਆ ਜਿਨ੍ਹਾਂ ਨੇ ਦੇਸ਼ ਦੀ ਖਾਤਰ ਲੜਿਆ ਅਤੇ ਜਿਹੜੇ ਸਾਡੇ ਪੰਜਾਬ ਦਾ ਮਾਣ ਨੇ ਅਤੇ ਹੋਰ ਇੱਥੇ ਜਦੋਂ ਗੋਰੇ ਆਏ ਸੀਗੇ ਉਹ ਸਾਨੂੰ ਆਜ਼ਾਦੀ ਦਿਵਾਉਣ ਤਾਂ ਨਹੀਂ ਆਏ ਸੀ ਜਿਨ੍ਹਾਂ ਨੂੰ ਗੋਲੀਆਂ ਵੀ ਮਾਰੀਆਂ ਗਈਆਂ ਸੀ ਉਹ ਕਿਹੜਾ ਸਾਨੂੰ ਇੱਥੇ ਆਜ਼ਾਦੀ ਦਿਵਾਉਣ ਆਏ ਸੀ ਸਾਨੂੰ ਗੁਲਾਮ ਬਣਾਇਆ ਹੋਇਆ ਸੀ ਸਾਡੇ ਲੋਕਾਂ ਤੋਂ ਲਗਾਨ ਵਸੂਲਦੇ ਸੀ ਹੋਰ ਆਪਾਂ ਉਹਨਾਂ ਦੇ ਫੁੱਲਾਂ ਵਾਲੇ ਹਾਰ ਥੋੜ੍ਹੀ ਪਰ ਤੁਹਾਡੀ ਸੋਚ ਨਾਲ ਸਹਿਮਤ ਆ ਪਰ ਉਹ ਕਹਿ ਰਹੇ ਨੇ ਭਗਤ ਸਿੰਘ ਜਿਹੜੇ ਨੇ ਉਹ ਇੱਕ ਫਾਸੀਵਾਦੀ ਬੰਦਾ ਸੀ ਉਹਨਾਂ ਨੇ ਜੋ ਕਹਿ ਰਹੇ ਉਹਨਾਂ ਨੂੰ ਸਾਰੇ ਪੰਜਾਬ ਨੇ ਜਵਾਬ ਦਿੱਤਾ ਜੀ ਉਹਨਾਂ ਦੀ ਜੋ ਸੋਚ ਆ ਉਹ ਹਰ ਬੰਦਾ ਬੋਲ ਰਿਹਾ ਮੇਰੀ ਸੋਚ ਆ ਮੈਂ ਤੁਹਾਨੂੰ ਦੱਸਦਾ ਸੋ ਉਹ ਕਹਿ ਰਹੇ ਨੇ ਮੈਂ ਉਹਨਾਂ ਦੇ ਸ਼ਬਦਾਂ ਨੂੰ ਕੀ ਕਹਿ ਸਕਦੀ ਹਾਂ ਮੈਂ ਤੁਹਾਨੂੰ ਦੱਸਦਾ ਆਪਾਂ ਇੱਥੇ ਬੜੀ ਪਵਿੱਤਰ ਧਰਤੀ 'ਤੇ ਖੜ੍ਹੇ ਹਾਂ ਇਹੋ ਜਿਹੇ ਇੱਕ ਤੋਂ ਇੱਕ ਪੋਲੀਟੀਕਲ ਕੁਐਸਚਨ ਕਰਨੇ ਮੈਨੂੰ ਲੱਗਦਾ ਨਹੀਂ ਵੀ ਉਹਦੇ ਜਵਾਬ ਦੇਣੇ ਮੈਂ ਬਿਹਤਰ ਸਮਝਦੀ ਹਾਂ ਬੜੀ ਸ਼ਾਂਤੀ ਵਾਲੀ ਧਰਤੀ ਹੈ ਅਤੇ ਆਪਾਂ ਇੱਥੇ ਇਹਨੂੰ ਵਿਕਸਿਤ ਕਰਨ ਦੀ ਇਹਨੂੰ ਦੁਨੀਆ ਭਰ ਦੇ ਵਿੱਚ ਪ੍ਰਫੁੱਲਤ ਕਿਵੇਂ ਹੋਰ ਹਰ ਕੋਨੇ ਕੋਨੇ 'ਚ ਸਾਡੇ ਮਹੱਤਤਾ ਦੱਸਣ ਦੀ ਸਾਰਾ ਕੁਛ ਕਰ ਰਹੇ ਆ ਜੀ ਸਾਰਾ ਕੁਛ ਕਰ ਰਹੇ ਆ ਜਿਨ੍ਹਾਂ ਦਾ ਜਿਨ੍ਹਾਂ ਨੂੰ ਕੋਈ ਕਮੀ ਆ ਰਹੀ ਹੈ ਜਾਂ ਤਨਖਾਹ ਘੱਟ ਆ ਹਰ ਇੱਕ ਚੀਜ਼